अज आप पहुंचे हाँ तारा सवदी के घर। अज थानू कराने कबूतरबाजी बारे शौक। सत श्रीकाल जी, थोड़ा भी धन्यवाद डीबी साहब साढ़े घर आने पर, सारी टीम का दिलों धन्यवाद है जी। ताड़ा बहुत बहुत धन्यवाद जी, तुसी आपके कीमती समय के बच्चों समा कढ़ के सानू अज कबूतरबाजी बारे जानकारी देने लगे हो। हाँ जी तारे वीर, अपने दर्शकों को तुसी जानकारी दिओ माड़ी जी भी अपने जो कबूतर तुहानू शौक कदों तो शौक आ, कितना टाइम हो गया कबूतर रखे नूं तुहानू? ये डीपी साहब जी अपना मतलब जो शौक है जी, साढ़े ये घर तीजी पीढ़ी चलती पी जी कबूतर की। साढ़े पहला दादा जी नूं फिर साढ़े चाचा जी नूं, उस तो बाद मैनू आ जी। ये अपने बहुत पुराने कबूतर रखे हुए जी इस तरह। अच्छा जी, बस जी उही अपना शौक शुरू तो तुरंत आता जी अपना। ठीक है। हाँ जी तारे वीर, आपको ये दसो भी अपने जो कबूतर रखे हुए तुसी ये बाजी वास्ते कबूतर रखे हुए आ, तो कि नसल अपने को पाई जाती है जी? थोड़े को नसल कि डीपी साहब जी अपने को नसल आ जी, ये साढ़े अपने जी इस फुफड़ आई अपने फ्रेंड आ मुंडा मनी सवदी तो। अच्छा जी। हाँ, तो उन्होंने फुफड़ जी आ जीत दुखाण वत्त तो, उन्होंने उ नसल जी साढ़े को तुरी आँदी है। साढ़े पहला तो 30-40 साल तो साढ़े तीन घर के कबूतर सांझे है जी पिंड। एक तो अपने मनी के, ठीक है, एक अपने महिंदर चाचे के सुखे होनी वह बाहर आ जी। अच्छा जी। मनी भी हूँ इस वक्त कनेडा के सोनी होनी सारे, तो जाने कि सब तो पहले उही कबूतर नसल अपने को आई है जी। जिदन उन्होंने फुफड़ जी बाहर गए है तो सानू दो जाने कि कबूतर साढ़े कबूतर साढ़े घर दे गए सारे, वह मतलब 13 कबूतर से जी, 7 इधरले घर जोड़े रख ले, 6 उधरले घर रख ले। साढ़े शुरू तो ही उस तरह ही साड़ी ब्रीड तुरी आँदी, साडा बहुत त्यौह जी आस में। ਠੀਕ ਹੈ। ਯਾਨੀ ਕਿ ਉਸ ਤਰ੍ਹਾਂ ਇਕੱਠੇ ਹੀ ਅਸੀਂ ਸ਼ੁਰੂ ਤੋਂ ਕਬੂਤਰਬਾਜੀ ਕਰਦੇ ਹਾਂ। ਸਾਡੇ ਕੋਲ ਜੀਤ ਵਾਲੀ ਨਸਲ ਵਾਈ ਸੀ, ਜੀਤ ਖਾਣ ਵੱਧ ਵਾਲੀ, ਬਹੁਤ ਵਧੀਆ ਕਬੂਤਰ ਆ ਜੀ ਉਹ, ਉਹੀ ਸਾਡੇ ਕੋਲ ਬਰੀਡ ਤੁਰੀ ਆਉਂਦੀ ਹੈ ਪੁਰਾਣੀ। ਠੀਕ ਹੈ ਜੀ। ਦੋਸਤੋ ਬਾਈ ਨੇ ਦੱਸਿਆ ਵੀ ਆਪਣੇ ਕੋਲ ਇੱਕ ਬਾਈ ਕਹਿੰਦਾ ਵੀ ਤਖਾਣ ਵੱਧ ਦਾ ਜੀਤ ਆ ਬਾਈ, ਉਹਦੇ ਵਾਲੀ ਨਸਲ ਦੇ ਕਬੂਤਰ ਆਪਣੇ ਕੋਲ। ਆਪਣੇ ਦਰਸ਼ਕਾਂ ਨੂੰ ਵੀਰੇ ਦੱਸੋ ਮਾੜਾ ਜਿਹਾ ਵੀ ਆਪਾਂ ਨੂੰ ਜਿਹੜਾ ਤੁਹਾਡਾ ਸ਼ੌਂਕ ਆ ਤੁਹਾਨੂੰ ਇਹ ਪਿਆ ਕਿਵੇਂ, ਸ਼ੌਂਕ ਕਿਵੇਂ ਪਿਆ? ਇਹ ਜੀ ਆਪਣੇ ਤੁਹਾਨੂੰ ਦੱਸਿਆ ਵੀ ਆਪਣੇ ਪੁਰਾਣੇ ਕਬੂਤਰ ਰੱਖੇ ਹੋਏ ਆ, ਯਾਨੀ ਕਿ ਉਦੋਂ ਬਾਅਦ ਦਾਦਾ ਜੀ ਤੋਂ ਬਾਅਦ ਚਾਚਾ ਜੀ ਦੇ ਸੀਗੇ, ਫਿਰ ਚਾਚਾ ਜੀ ਦੇ ਨਾਲ ਅਸੀਂ ਕਬੂਤਰ ਕਬਾਤਰ ਇੱਥੇ ਘਰੇ, ਤੁਹਾਨੂੰ ਪਤਾ ਜਦੋਂ ਘਰੇ ਆ ਅਤੇ ਫਿਰ ਦੇਖਦੇ ਰਹਿੰਦੇ ਹਾਂ ਕਬੂਤਰ, ਹੈ ਨਾ, ਬਾਜੀਆਂ 'ਤੇ ਜਾਣ ਲੱਗ ਗਏ ਹੌਲੀ ਹੌਲੀ, ਅਤੇ ਇਸ ਤਰ੍ਹਾਂ ਨਾਲ ਸ਼ੌਂਕ ਵੱਧਦਾ ਗਿਆ। ਅਤੇ ਇਸ ਤਰ੍ਹਾਂ ਕਰਕੇ ਜੀ ਹੁਣ ਵੀ ਮਤਲਬ ਮੈਨੂੰ ਵੀ ਸ਼ੌਂਕ ਆ ਜੀ, ਹੁਣ ਚਾਚਾ ਜੀ ਨੂੰ ਵੀ ਯਾਨੀ ਕਿ ਸ਼ੌਂਕ ਉਹ ਵੀ ਘਟਾ ਗਿਆ ਆਪਦਾ ਉਮਰ ਦੇ ਹਿਸਾਬ ਨਾਲ, ਯਾਨੀ ਕਿ ਇਸ ਤਰ੍ਹਾਂ ਆਪਣਾ ਹੁਣ ਮੈਨੂੰ ਹੀ ਆ ਸ਼ੌਂਕ ਜੀ। ਠੀਕ। ਹਾਂਜੀ ਵੀਰ, ਜਿਵੇਂ ਪੁਰਾਣੇ ਟਾਈਮ ਦੇ ਵਿੱਚ ਜਿਹੜਾ ਸਮਾਂ ਲੰਘ ਚੁੱਕਿਆ ਹੈ ਨਾ, ਉਹਦੇ ਵਿੱਚ ਜਿਹੜੇ ਕਬੂਤਰਬਾਜ਼ ਮੁੰਡੇ ਹੁੰਦੇ ਸੀਗੇ ਵੀ ਉਹਨਾਂ ਨੂੰ ਲੋਕ ਚੰਗਾ ਨਹੀਂ ਸੀ ਸਮਝਦੇ। ਅੱਜ ਕੱਲ੍ਹ ਤਾਂ ਮਾਹੌਲ ਬਹੁਤ ਚੇਂਜ ਹੋ ਗਿਆ ਵੀ ਲੋਕ, ਸਮਾਂ ਬਦਲ ਗਿਆ, ਬਹੁਤ ਜ਼ਿਆਦਾ ਸਮਾਂ ਬਦਲ ਗਿਆ, ਇੱਕ ਸ਼ੌਂਕ ਪੱਖੋਂ ਹਰ ਇੱਕ ਬੰਦਾ ਨਾ ਕਬੂਤਰ ਪਾਲਦਾ ਵਾ, ਅਤੇ ਤੁਹਾਨੂੰ ਵੀ ਮੁਸ਼ਕਲਾਂ ਆਈਆਂ ਹੋਣਗੀਆਂ, ਤੁਹਾਡੇ ਪੇਰੈਂਟਸ ਨੇ ਘਰਦਿਆਂ ਨੇ ਤੁਹਾਨੂੰ ਰੋਕਿਆ ਹੋਊਗਾ, ਉਹਦੇ ਬਾਰੇ ਮਾੜੀ ਜਿਹੀ ਜਾਣਕਾਰੀ ਦਿਓ। ਨਹੀਂ ਜੀ, ਸਾਡੇ ਇੱਦਾਂ ਕਰਕੇ ਫੈਮਿਲੀ ਨੂੰ ਮਤਲਬ ਅੱਜ ਤੱਕ ਕਿਸੇ ਨੇ ਵੀ ਸਾਨੂੰ ਰੋਕਿਆ ਨਹੀਂ ਫਾਦਰ ਸਾਹਿਬ ਉਹਨਾਂ ਨੇ, ਕਿਉਂਕਿ ਜੀ ਕੰਮ ਵੀ ਕਰਦੇ ਹਾਂ ਨਾਲ, ਇਹ ਕਬੂਤਰਬਾਜ਼ੀ ਦਾ ਸ਼ੌਂਕ ਤਾਂ ਸ਼ੁਰੂ ਤੋਂ ਹੀ ਤੁਹਾਨੂੰ ਪਤਾ। ਇਹ ਯਾਨੀ ਕਿ ਜਿੱਥੋਂ ਤੱਕ ਤੁਸੀਂ ਕਹਿ ਰਹੇ ਹਾਂ ਵੀ ਪਹਿਲੇ ਸਮਿਆਂ ਦੇ ਵਿੱਚ ਮੰਨਦੇ ਹਾਂ ਚਲੋ ਹੁੰਦਾ ਸੀ, ਅੱਜ ਕੱਲ੍ਹ ਤਾਂ ਜੀ ਇਹਦੇ ਵਰਗਾ ਸ਼ੌਂਕ ਕੋਈ ਨਹੀਂ ਹੈਗਾ। ਯਾਨੀ ਕਿ ਸਾਡੀ ਸੋਚ ਆ ਇਹ, ਕਿਸੇ ਨੂੰ ਚੰਗਾ ਲੱਗੇ ਚਾਹੇ ਨਾ ਲੱਗੇ, ਮੈਂ ਤਾਂ ਕਹਿੰਦਾ ਯਾਨੀ ਕਿ ਜਿਹੜਾ ਕਬੂਤਰਬਾਜ਼ੀ ਦਾ ਸ਼ੌਂਕ ਇਹਦੇ ਵਰਗਾ ਸ਼ੌਂਕ ਕੋਈ ਨਹੀਂ, ਕਿਉਂਕਿ ਬੰਦਾ ਸਾਰੀ ਦਿਹਾੜੀ ਬਿਜ਼ੀ ਰਹਿੰਦਾ ਜੀ। ਠੀਕ ਹੈ ਜੀ। ਬਿਜ਼ੀ ਰਹਿੰਦਾ, ਘਰ ਰਹਿੰਦਾ, ਕਬੂਤਰਾਂ ਦੇ ਵਿੱਚ ਬਾਹਰ ਅੰਦਰ ਨਹੀਂ ਜਾਂਦਾ, ਨਸ਼ਾ ਪੱਤਾ ਨਹੀਂ ਕਰਦਾ ਕੋਈ। ਪਹਿਲੀ ਗੱਲ ਤਾਂ ਜੀ ਕਬੂਤਰਬਾਜ਼ ਬੰਦੇ ਨੂੰ ਕਿਸੇ ਨੂੰ ਨਸ਼ਾ ਨਹੀਂ ਹੋਊਗਾ। ਠੀਕ ਆ ਜੀ, ਕੋਈ ਵੀ ਨਸ਼ਾ ਨਹੀਂ ਕਰੂਗਾ ਜਿਹੜਾ ਕਬੂਤਰਬਾਜ਼ ਬੰਦਾ ਹੋਊ ਸਾਰੀ ਦਿਹਾੜੀ, ਕਿਉਂਕਿ ਇਹਨਾਂ ਤੋਂ ਬੇਰ ਹੀ ਨਹੀਂ ਮਿਲਦਾ ਜੀ, ਕਦੇ ਬੱਚੇ ਘਜਾ ਲਏ ਹੈ ਨਾ, ਖਤਰੀ ਦੇ ਭਾਲੇ, ਸਾਰਾ ਕੁਛ ਤੁਹਾਨੂੰ ਪਤਾ, ਬਹੁਤ ਕੇਅਰ ਕਰਨੀ ਪੈਂਦੀ ਹੈ, ਫਿਰ ਕਿਤੇ ਜਾ ਕੇ ਇਹ ਐਂਡ 'ਤੇ ਆਪਾਂ ਬਾਜ਼ੀਆਂ ਛੱਡਦੇ ਹਾਂ, ਮਿਹਨਤ ਨੂੰ ਹੀ ਫਲ ਮਿਲਦਾ ਜੀ, ਇੱਦਾਂ ਵੀ ਹੈਗਾ ਇਹ ਗੱਲਬਾਤ। ਠੀਕ ਹੈ ਜੀ। ਇਸ ਕਰਕੇ ਮੈਂ ਤੁਹਾਨੂੰ ਕਹਿੰਦਾ ਵੀ ਸਾਡੀ ਫੈਮਿਲੀ ਨੇ ਅੱਜ ਤੱਕ ਸਾਰੀ ਫੈਮਿਲੀ ਨੂੰ ਹੀ ਸ਼ੌਂਕ, ਕਿਸੇ ਨੇ ਸਾਨੂੰ ਟੋਕਿਆ ਨਹੀਂ ਵੀ ਤੁਸੀਂ ਇਹ ਕੀ ਕਰ ਰਹੇ ਹਾਂ ਕੀ ਨਹੀਂ, ਮਤਲਬ ਹੀ ਨਹੀਂ ਕੋਈ ਚੱਕਰ ਇੱਦਾਂ ਦਾ ਹੋਇਆ ਹੋਵੇ। ਹਾਂਜੀ ਦੋਸਤੋ, ਵੀਰ ਦਾ ਕਹਿਣਾ ਵੀ ਜਿਹੜਾ ਬੰਦਾ ਨਸ਼ੇ ਪੱਤਿਆਂ ਤੋਂ ਦੂਰ ਰਹਿੰਦਾ ਵਾ, ਜੇ ਤੁਸੀਂ ਕੋਈ ਵੀ ਸ਼ੌਂਕ ਪਾਲਦੇ ਹੋ, ਅਤੇ ਇੱਕ ਬਹੁਤ ਵਧੀਆ ਸ਼ੌਂਕ ਪਾਲਿਆ ਹੋਇਆ ਵੀਰ ਨੇ। ਹਾਂਜੀ ਵੀਰ, ਤੁਸੀਂ ਨਾਲ ਕੰਮ ਵੀ ਕਰਦੇ ਹੋ ਕੋਈ ਕਬੂਤਰ ਕਬੂਤਰ ਪਾਲਣ ਦੇ ਨਾਲ ਨਾਲ ਕੋਈ ਹੋਰ ਕੰਮ ਤੁਹਾਡਾ ਹੈਗਾ, ਨਿੱਜੀ ਕੰਮ ਜਿਹੜਾ ਚੱਲਦਾ? ਹਾਂਜੀ ਡੀਪੀ ਸਾਹਿਬ, ਮੇਰਾ ਆਪਦਾ ਬਿਜ਼ਨਸ ਆ ਜੀ, ਇਮੀਗ੍ਰੇਸ਼ਨ ਦਾ ਮੋਗੇ ਮੇਰਾ ਦਫ਼ਤਰ ਹੈ। ਠੀਕ ਆ ਜੀ। ਉਹਦੇ ਨਾਲ ਨਾਲ ਆਪਣਾ ਸ਼ੌਂਕ ਵੀ ਕਰੀਦਾ ਅਤੇ ਕੰਮ ਵੀ ਕਰੀਦਾ ਜੀ, ਇਸ ਤਰ੍ਹਾਂ ਕਰਕੇ ਆਪਣਾ ਸਾਰਾ ਕੁਛ ਮਤਲਬ ਮਹਾਰਾਜ ਦੀ ਕਿਰਪਾ, ਦੋਨੇ ਕੰਮ ਹੀ ਆਪਾਂ ਵਧੀਆ ਚੱਲੀ ਜਾਂਦੇ ਜੀ ਆਪਣੇ। ਠੀਕ ਹੈ ਜੀ।
एक जिवें तुसी बाजियां छड़दे हो जदों बाजी छड़दे हो तो कबूतर बहुत ज़्यादा कबूतर अनेक कबूतर उड़दे आसमान के बच्चे तो तुहानू फिर उसकी परख किवें हुंदी है वी तुहाडा ही कबूतर है जिसनों मैं दस दिना जी तुसी इदां करके हुण जे आपां बाजी छड़दे हां उत्थे 100 कबूतर छुट्टिया है जिहड़ा आपां घरे कबूतर उड़ाउने आ उहदी सानू चाल दा अड़ाई का मतलब कह दी पता हों भी साडा जानवर उन्होंने रंग लाया हों ठीक तो मतलब सूँ पता हों भी यह साडा कबूतर साडे रंग भावें सारे एक जहाँ रंग लगा हो पर जो मेरा कबूतर हो मैं अड्डी पछाण दूंगा एक कबूतर बाज कोई भी है सारे पछाण देंगे ठीक है एक थोड़ा मैं एग्जाम्पल दिना जिमें आप कह दी भी रसोई के जो बुढ़िया का कबली अपनी गुआढ़ियों के घर चली जाए आप जाके पछाण लें भी साड़ी है वो कम साडा हों जी ये मतलब भी सानू परख हों जी ये जानवर की जिते मर्जी तो चलिया जाए अं आप पछाण लें भी साडा जानवर ठीक है अपने दोस्तों ये गल दसो भी तुम अज तक किनिया क बाजियां छड़ चुके हो तो किनिया क बाजियां जीतिया ने तो किनिया क हरिया ने वो बारे माड़े अपने दोस्तों दसो डी पी साहब गल हैगी इदा जी बाजिया तो हम आप कह दी भी शुरू तो लैके हम जो गिणी भी अणगिणती बाजिया छड़ चुके हैं क्योंकि पहला चाचा जी छड़ते होंगे फिर इदा करके है ना बाजिया का सिलसिला चलता आता तो इदा करके जी बाजिया तो आप बहुत जानी कि छड़िया तो हम आप मतलब कह लिए गिना नहीं सकते ठीक है जी बाजिया इन्ना कभी बाजिया हारते भी हैं तो जितते भी हैं ठीक एक ही लॉकडाउन सी लॉकडाउन के आप बाजी छड़ी नहीं कोई मतलब कह दी भी चार पाँच बाजिया छड़िया वा वह कोई मतलब आप रिजल्ट नहीं मिले ठीक है ज़्यादा इदा करके तो जे अपने 2019 के मैं बाजिया छड़िया से 19 हूँ मैं रियल गल दसदा जी जे एक्सैप्ट करना बहुत औखा हूँ मैं 19 बाजिया छड़िया घरों 2019 के 19 के मैं एक बाजी भी नहीं जितता 2018 के मैं 15 बाजिया छड़िया 15 के 9 बाजिया हिस्से ले ठीक है जी एक चलो इदा हो गया जी लॉकडाउन का करके तो 19 के मतलब एक इदा हो सकता है ना कबूतर बीमार से मेरे वो चक्कर चल गया तो एक ही मतलब हम 2021 के लिए अपनी बाबे की कृपा ना पूरी तैयारी है जी बच्चे बुच्चे कढ़ाए हुए लगे हुए सारे छतरियां तो बाकी देखो जी आने वाले समय के बच्चे है ना की किस्मत कहती अपनी अपनी मेहनत फोल ला जी बाकी बाकी महाराज का साथ चाहिए है ना कला बंदा तो कोई भी कुछ नहीं कर सकता बिल्कुल जी बिल्कुल देखो वीर ने दस्या भी बाजियां जितते भी हाँ तो हारते भी हाँ तो बई कहता भी 19 बाजियां छड़िया सी तो एक भी बाजी नहीं जितया देखो भी ग्राउंड के प्लेयर उतरदा वो हारन वास्ते तो उतरदा ही है कुछ ना कुछ बाई ने एक्सपीरियंस लिया होगा आपके कबूतरों होर सामभ संभाल चंगी तरह सामभ संभाल की होगी कोई कमियां पेचियां बाई ने सारिया देखिया वो तो एक भीर ये दसो भी तुम जी खेड आ कितों सीखी है ये जिमें कबूतर उड़ाने या जो कुछ भी करना वा ये जी जी खेड तुम गल करते खेड आई अपना हमें मैं दसिया मनी अपना भरावान बद के जी अच्छा जी अपने सरपंच साहब जोरा सरपंच साहब साढ़े अंकल जी आ सावका सरपंच आ पिंड सबद्दी खुरद ठीक है उन्होंने जानी कि बेटे या मनी मैं पहला भी गल की है जी उन्होंने नाल अपना जवैंड पहला तो 30-40 साल हो गए कट्ठे कबूतर उड़ाने जी ठीक है उ नसल अपने को उही उधर बैठी है ठीक है जी इदा करके सारा करता धरता साढ़े मनी ब्रदर में ही जाता मेरे भरा उन्हें सानू सारा कुछ दसिया भी किदा गेम करनी है ठीक है किदा कबूतर डाने है ना सामभ के छड़ना सारा कुछ जी उन्हें क्योंकि वो हम कनेडा के भी रखे एक ही वधिया 7-8 हिस्से लाए उन्हें अच्छा जी भाई यानी कि 6 महीने होया कबूतर रखिया उन्हें वधिया उत्थे कबूतरबाजी उत्थे भी वधिया की सानू भी इत्थे उहदे यानी कि साडा भी जिन्ना भी काम आ सारा उन्हें भी सिरा जाता जी ये साडा मेन बंदा करता धरता जी उही है ठीक डी पी साहब होर सुन मैं दसदा गल जी इदा वा हाँ जी तो अपना मतलब जिमें कह दिए भी यह लंबी रेस के घोड़े बनना पैंता जी ये है नहीं गा जी आप अब बाजिया हर गए तो कल आप छड़न बंद कर देंगे तो शौक है जी अपना एक आप शौक है जी अपना यह बिजनेस नहीं है आप शौक पूरा करते हैं सानू यही हों भी अं जितीए ज हरीए सू तो यह हों चल यार 6 महीने बाद आप बाजिया छड़ते हैं ना जिदा भी हों टाइम आता जो उदो सू भी सारे यार मित्र कट्ठे हो जाने मिलते हैं एक दूजे ब्याह जिन्ना चा हों जी सू सीधी गल ठीक है इदा जानी कि शौक आ जित हार चलो किस्मत दी है जी एक थोड़ा मैं दसिया भी एक लंबी रेस के घोड़े बनना पैंता बल्कि बाजिया तो अभी पहला तो छड़ते होने हम अगे भी महाराज की कृपा चाहिए छड़ते ही रहेंगे ठीक है जी देखो दोस्तों बई कहता भी एक लंबी रेस के घोड़े बनना पैंता यह नहीं है भी जो तुम 4 बाजिया छड के तो 4 हार गए तो कबूतर छड दो देखो बई तो 40 साल हो गए कबूतर रखिया तो बई फिर भी बई कहता भी 19 बाजिया छड़िया सगिया तो 19 दियां 19 हार गया देखो बई नूं इन्ना एक्सपीरियंस होने के कारण भी कुछ ना कुछ बई क्योंकि सारी उम्र ज बंदा सीखता रहिंदा इत्थों अपना यह सिट्टा निकलता फिर भी कुछ ना कुछ सीख्या बई ने है ना हाँ जी तो बई दे हुण कहण दा मतलब है भी अज्ज कल नवा जिहड़ा यूथ आ कबूतर रखता उन्हां नूं ऐ हुंदा भी असीं छेती ग्रो करिए भी अज्ज कबूतर रखे आ भी कल नूं बाजी छड्ड के तो अहीं जित लईए पर इदां नहीं हो सकदा है ना हाँ जी देखो बई ने 40 साल हो गए कबूतर रखे नूं तो फिर भी बई किते ना किते जितते भी आ हारदे भी आ है ना चलो वादे घाटे जिंदगी दे विच चलदे रहिंदे आ कबीर अपने दोस्तों नूं तुसीं इह दस्सो भी कि अखां दे कबूतर हुंदे आ कि रंग दे कबूतर पाए जांदे आपणे
ਡੀ ਪੀ ਸਾਹਿਬ ਗੱਲ ਹੈਗੀ ਇੱਦਾਂ ਜੀ ਇਹ ਕਬੂਤਰ ਵੈਸੇ ਤਾਂ ਆਪਾਂ ਸਾਰੇ ਰੰਗ ਹੀ ਕਹਿ ਦਈਏ ਵੀ ਸਾਰੇ ਰੰਗ ਹੀ ਕੱਢ ਜਾਂਦੇ ਆ ਗੋਲੇ ਨੂੰ ਆਪਾਂ ਕਹਿ ਦਈਏ ਗੋਲਾ ਹੁੰਦਾ ਇੱਕ ਜੀ ਉਹ ਨੀਲਾ ਵੀ ਕਹਿ ਦਿੰਦੇ ਹਾਂ ਅਸੀਂ ਅੱਛਾ ਜੀ ਇੱਕ ਰੱਤਾ ਹੁੰਦਾ ਲਾਲ ਡੱਬਾ ਚਿੱਟੇ ਲਾਲ ਚੀਨੇ ਕਾਲੇ ਚੀਨੇ ਸਾਰੇ ਹੀ ਹੁੰਦੇ ਜੀ ਇਹ ਠੀਕ ਹੈ ਇਹ ਅੱਖਾਂ ਹੁੰਦੀਆਂ ਜੀ ਚਿੱਟੀਆਂ ਵੀ ਹੁੰਦੀਆਂ ਖੱਟੀਆਂ ਵੀ ਹੁੰਦੀਆਂ ਕਾਲੀਆਂ ਦੇ ਵੀ ਹੁੰਦੇ ਆ ਚਿੱਟੀ ਕਾਲੀ ਅੱਖ ਦੇ ਹੈ ਨਾ ਸਾਰੀਆਂ ਅੱਖਾਂ ਹੀ ਕੱਢ ਜਾਂਦੇ ਆ ਜੀ ਇਹ ਅਤੇ ਯਾਨੀ ਕਿ ਇੱਦਾਂ ਇਹ ਮਹਾਰਾਜ ਦੀ ਦੇਣ ਆ ਜੀ ਇਹ ਸਾਰੇ ਕਲਰ ਹੀ ਹੋ ਜਾਂਦੇ ਇਹਨਾਂ ਦੇ ਵਿੱਚ ਠੀਕ ਹੈ ਕਬੀਰ ਆਪਣੇ ਦੋਸਤਾਂ ਨੂੰ ਦੱਸੋ ਵੀ ਤੁਸੀਂ ਵੀ ਤੁਹਾਡੇ ਆਪਣੇ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਕਬੂਤਰ ਕਿਹੜੇ ਕਿਹੜੇ ਬੰਦਿਆਂ ਕੋਲ ਸੀਗੇ ਵੀ ਜਿਹੜੇ ਪੁਰਾਣੇ ਪਲੇਅਰ ਆ ਅਤੇ ਜੀ ਆਪਣੇ ਜੀ ਸਭ ਤੋਂ ਪਹਿਲਾਂ ਕਬੂਤਰ ਜੀ ਸਾਡੇ ਇੱਥੇ ਹੁੰਦਾ ਸੀ ਇੱਕ ਤਾਂ ਜੀ ਆਪਣੇ ਉਹਦੇ ਕਹਿੰਦੇ ਪਾਕਿਸਤਾਨ ਦੀ ਵੰਡ ਵੇਲੇ ਖੁਸ਼ੀ ਸੀਗਾ ਜੀ ਖੁਸ਼ੀ ਬਾਬਾ ਅੱਛਾ ਜੀ ਅਤੇ ਉਹਨਾਂ ਕੋਲ ਹੁੰਦੇ ਸੀ ਕਬੂਤਰ ਅਤੇ ਇੱਕ ਸੀਗੇ ਚੰਦ ਬਜ਼ੁਰਗ ਹੁੰਦੇ ਜੀ ਸਾਡੇ ਪਿੰਡ ਦੇ ਚੰਦ ਉਹਨਾਂ ਕੋਲ ਬਹੁਤ ਚੰਗੇ ਕਬੂਤਰ ਸੀ ਬਹੁਤ ਬਾਜ਼ੀਆਂ ਛੱਡਦੇ ਹੁੰਦੇ ਸੀ ਉਦੋਂ ਬਾਅਦ ਜੀ ਸਾਡੇ ਜਿਵੇਂ ਕਹਿ ਦਈਏ ਮਨੀ ਕੇ ਘਰ ਆ ਗਏ ਉੱਧਰੋਂ ਆਪਣੇ ਘਰ ਆ ਗਏ ਇੱਕ ਸਾਡੇ ਤਿੰਨ ਖੁੱਡੇ ਸੀ ਤੁਹਾਨੂੰ ਕਹੇ ਪਿੰਡ 'ਚ ਇੱਕ ਆਪਣੇ ਮਹਿੰਦਰ ਚਾਚੇ ਗਏ ਅੱਛਾ ਕਹਿ ਦਈਏ ਹੁਣ ਸੁੱਖਾ ਮੁੰਡਾ ਆਪਣਾ ਫਰੈਂਡ ਬਾਹਰ ਆ ਠੀਕ ਅਤੇ ਮਹਿੰਦਰ ਹੋਣੀ ਉਹ ਵੀ ਬਾਹਰ ਉਹਨਾਂ ਦੇ ਵੀ ਉੱਥੇ ਕਬੂਤਰ ਰੱਖੇ ਪਿਆ ਅਤੇ ਸਾਡੇ ਯਾਨੀ ਕਿ ਪਹਿਲਾਂ ਤਿੰਨਾਂ ਘਰਾਂ ਦੇ ਕਬੂਤਰ ਹੁੰਦੇ ਸੀ ਉਦੋਂ ਬਾਅਦ ਪਹਿਲਾਂ ਯਾਨੀ ਕਿ ਉਹਨਾਂ ਦੇ ਹੀ ਖੁਸ਼ੀ ਬਾਬੇ ਦੇ ਸੀਗੇ ਅਤੇ ਇੱਕ ਚੰਦ ਬਾਬੇ ਦੇ ਸੀਗੇ ਉਹ ਤਾਂ ਯਾਨੀ ਕਿ ਉਦੋਂ ਬਾਅਦ ਉਹਨਾਂ ਦੀ ਡੈਥ ਹੋ ਗਈ ਅਤੇ ਉਦੋਂ ਬਾਅਦ ਫਿਰ ਆਪਣੇ ਜੀ ਸੀਗੇ ਤਿੰਨਾਂ ਘਰਾਂ ਦੇ ਕਬੂਤਰ ਅਸੀਂ ਵੀ ਬਾਜ਼ੀਆਂ ਛੱਡਦੇ ਹੁੰਦੇ ਪਿੰਡ ਦੇ ਵਿੱਚੋਂ ਹੁਣ ਤਾਂ ਜੀ ਰੱਖਣ ਨੂੰ ਤਾਂ ਜਣਾ ਖਣਾ ਰੱਖੀ ਫਿਰਦਾ ਅਤੇ ਯਾਨੀ ਕਿ ਇੱਦਾਂ ਕਰਕੇ ਕਹਿ ਦਈਏ ਮਤਲਬ ਵੀ ਆਪਾਂ ਵੀ ਕਬੂਤਰ ਸਾਡੇ ਤਿੰਨਾਂ ਘਰਾਂ ਦੇ ਪੁਰਾਣੇ ਕਬੂਤਰ ਸੀ ਸਾਡੇ ਕੋਲ ਤਿੰਨਾਂ ਕੋਲ ਇਹੀ ਨਸਲ ਹੈ ਜੀ ਹੁਣ ਤੱਕ ਉੱਡਦੀ ਯਾਨੀ ਕਿ ਉਹ ਮਹਿੰਦਰ ਹੋਣੀ ਜਿਹੜੇ ਆਪਣੇ ਬੰਦੇ ਬਾਹਰ ਚਲੇ ਗਏ ਉਹ ਸਾਡੇ ਕੋਲ ਛੱਡ ਕੇ ਕਬੂਤਰ ਜਾਣ ਲੱਗੇ ਇੱਦਾਂ ਕਰਕੇ ਸਾਡਾ ਯਾਨੀ ਕਿ ਤਿੰਨਾਂ ਦਾ ਹੁਣ ਤਾਂ ਹੀ ਸਾਡਾ ਜਵੈਂਡ ਹੀ ਹੈ ਜਿਹੜੀ ਗੱਲ ਕਰਨੀ ਅਸੀਂ ਤਿੰਨਾਂ ਨੇ ਪੁੱਛ ਕੇ ਹੀ ਕਰਨੀ ਹੈ ਜਿਵੇਂ ਬਾਜ਼ੀਆਂ ਛੱਡਦੇ ਸਾਰਾ ਸਾਨੂੰ ਇੱਕ ਦੂਜੇ ਤੋਂ ਬਾਹਰ ਹੋ ਕੇ ਨਹੀਂ ਅੱਜ ਤੱਕ ਅਸੀਂ ਕੋਈ ਵੀ ਗੱਲ ਕੀਤੀ ਸਾਡਾ ਜੀ ਮਾਲਕ ਇੱਦਾਂ ਹੀ ਆਪਣੀਆਂ ਤਿਉਹ ਬਣਾਈ ਰੱਖੇ ਯਾਨੀ ਕਿ ਸਾਡੇ ਯਾਨੀ ਤਿੰਨਾਂ ਪਾਰਟੀਆਂ ਦਾ ਸਾਡਾ ਜੀ ਤਿੰਨਾਂ ਘਰਾਂ ਦਾ ਬਹੁਤ ਜ਼ਿਆਦਾ ਤਿਉਹ ਸਾਡੇ ਇਕੱਠੇ ਹੁਣ ਯਾਨੀ ਕਿ ਕਬੂਤਰ ਹੋਣ ਵੀ ਸਾਡੀ ਉਹੀ ਨਸਲ ਤੋਰੀ ਫਿਰਦੀ ਹੈ ਅਤੇ ਯਾਨੀ ਕਿ ਸਾਡਾ ਜੀ ਇੱਕ ਭਰਾਵਾਂ ਵਾਲਾ ਕੰਮ ਹੀ ਹੈ ਜੀ ਸਾਰਾ ਠੀਕ ਅੱਜ ਕੱਲ੍ਹ ਇਹ ਰੌਲਾ ਬਹੁਤ ਪੈਂਦਾ ਵੀ ਕਲੱਬਾਂ ਵਾਲੀਆਂ ਬਾਜ਼ੀਆਂ ਹੁੰਦੀਆਂ ਖੁੱਲ੍ਹੀਆਂ ਬਾਜ਼ੀਆਂ ਹੁੰਦੀਆਂ ਵੀ ਤੁਸੀਂ ਕਿਹੜੀ ਬਾਜ਼ੀ ਨੂੰ ਵਧੀਆ ਮੰਨਦੇ ਹੋ ਵੀ ਕਲੱਬਾਂ ਵਾਲੀਆਂ ਬਾਜ਼ੀਆਂ ਤੁਸੀਂ ਛੱਡਦੇ ਹੋ ਜਾਂ ਖੁੱਲ੍ਹੀਆਂ ਬਾਜ਼ੀਆਂ ਜਾਂ ਡੀ ਪੀ ਸਾਹਿਬ ਇੱਦਾਂ ਗੱਲ ਜੀ ਜਿਹੜੀ ਇਹ ਕਲੱਬਾਂ ਵਾਲੀਆਂ ਬਾਜ਼ੀਆਂ ਸਾਡੀਆਂ ਐਂਟਰੀਆਂ ਜੀ ਪਿਛਲੇ ਸਾਲ ਵੀ ਹੋਈਆਂ ਹੋਈਆਂ ਉਹ ਉਵੇਂ ਹੁਣ ਕਰੋਨਾ ਦੇ ਵਿੱਚ ਨਹੀਂ ਆਪਾਂ ਛੱਡੀਆਂ ਗਈਆਂ ਉਹ 2021 ਦੇ ਵਿੱਚ ਉਵੇਂ ਹੀ ਛੱਡਾਂਗੇ ਹੈਗੀਆਂ 15 ਐਂਟਰੀਆਂ ਜੀ ਆਪਣੀਆਂ ਠੀਕ ਹੈ ਜੀ ਅਤੇ ਮਤਲਬ ਕਲੱਬਾਂ ਵਾਲੇ ਬਾਜ਼ੀ ਦੇ ਵਿੱਚ ਇਹ ਹੁੰਦਾ ਜੀ ਕੋਈ ਰੌਲਾ ਨਹੀਂ ਪੈਂਦਾ ਸਾਰੇ ਪਲੇਅਰ ਵਧੀਆ ਹੁੰਦੇ ਆ ਸਾਰੀਆਂ ਬਾਜ਼ੀਆਂ ਵਧੀਆ ਹੁੰਦੀਆਂ ਜਿਵੇਂ ਕਹਿ ਦਈਏ 50 ਕਬੂਤਰ ਹੋ ਗਏ ਜਾਂ 100 ਹੋ ਗਏ ਐਂਟਰ ਉੱਥੇ ਜੀ ਵਧੀਆ ਪਲੇਅਰ ਨੇ ਆਉਣਾ ਵੈਸੇ ਪਲੇਅਰ ਤਾਂ ਸਾਰੇ ਹੀ ਵਧੀਆ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਬਿਲਕੁਲ ਠੀਕ ਹੈ ਜੀ ਇੱਦਾਂ ਕਰਕੇ ਵੀ ਉਹਦੇ ਵਿੱਚ ਕੋਈ ਰੌਲਾ ਨਹੀਂ ਪੈਂਦਾ ਵਧੀਆ ਇਨਸਾਫ ਹੁੰਦਾ ਜੀ ਜਿਹੜੀ ਹੁਣ ਆਪਾਂ ਕਹਿ ਖੁੱਲ੍ਹੀਆਂ ਬਾਜ਼ੀਆਂ ਕਰਾਉਂਦੇ ਜੀ ਉਹ ਅੱਜ ਕੱਲ੍ਹ ਦਾ ਜਿਹੜਾ ਯੂਥ ਆ ਨਵਾਂ ਉਹ ਜੀ ਲੋਕਾਂ ਨੇ ਇੱਕ ਢੰਗ ਬਣਾ ਲਿਆ ਪੈਸੇ ਇਕੱਠੇ ਕਰਨ ਦਾ 200 ਰੁਪਇਆ ਰੋਟੀ ਦਾ ਕੱਟ ਕੇ ਵੀ ਮਤਲਬ ਵੀ ਹੈ ਨਾ ਕਬੂਤਰਾਂ ਨੂੰ ਖੁੱਲ੍ਹੀ ਬਾਜ਼ੀ ਦੇ ਵਿੱਚ ਖਰਾਬ ਕਰਦੇ ਆ ਕਬੂਤਰਬਾਜ਼ਾਂ ਨੂੰ ਹੈ ਨਾ ਇੱਦਾਂ ਕਰਕੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵਾਂ ਤੁਹਾਨੂੰ ਵੀ ਮਤਲਬ ਵੀ ਖੁੱਲ੍ਹੀਆਂ ਬਾਜ਼ੀਆਂ ਨਾ ਛੱਡੋ ਜੇ ਛੱਡਣੀਆਂ ਤਾਂ ਵੀ ਉੱਥੇ ਛੱਡੋ ਜਿੱਥੇ ਕਾਪੀ ਵਾਲੇ ਵਧੀਆ ਬੰਦੇ ਆ ਜਿਨ੍ਹਾਂ ਦੇ ਪੁਰਾਣੇ ਕਬੂਤਰ ਰੱਖੇ ਠੀਕ ਆ ਜੀ ਜੇ ਯਾਨੀ ਕਿ ਕਲੱਬ ਵਾਲੀਆਂ ਬਾਜ਼ੀਆਂ ਛੱਡੋ ਜਿੰਨੀਆਂ ਵੀ ਹੋ ਸਕਦੀਆਂ ਖੁੱਲ੍ਹੀਆਂ ਬਾਜ਼ੀਆਂ ਛੱਡਣ ਦਾ ਫਾਇਦਾ ਕੋਈ ਨਹੀਂ ਅੱਜ ਕੱਲ੍ਹ ਲੋਕਾਂ ਨੇ ਇਹ ਪੈਸਾ ਇਕੱਠੇ ਕਰਨ ਦਾ ਢੰਗ ਬਣਾ ਲਿਆ ਇਹ ਸ਼ੌਂਕ ਆ ਜੀ ਇਹਨੂੰ ਸ਼ੌਂਕ ਰਹੋ ਆਪਾਂ ਕਹਿੰਦੇ ਸ਼ੌਂਕ ਰੱਖੋ ਬਿਜ਼ਨਸ ਨਾ ਬਣਾਓ ਕਿਉਂਕਿ ਲੋਕਾਂ ਨੇ ਬਿਜ਼ਨਸ ਬਣਾ ਲਿਆ ਜੀ ਹੁਣ ਬੈਠੀਆਂ ਹੋਈਆਂ ਬਾਜ਼ੀਆਂ 200 ਰੁਪਇਆ ਰੋਟੀ ਦਾ ਕੱਟ ਕੇ ਵਿੱਚੋਂ ਹੋਰ ਪੈਸੇ ਕੱਟ ਕੇ ਕਹਿੰਦੇ ਸਾਡਾ ਇੰਡਾ ਖਰਚਾ ਆ ਗਿਆ ਪਹਿਲੀ ਗੱਲ ਤਾਂ ਮੈਂ ਇਹ ਕਹਿੰਦਾ ਜਿਹਨੇ ਬਾਜ਼ੀ ਕਰਾਉਣੀ ਆ ਟੌਪ ਦੀ ਕਰਾਓ ਜੀ ਰੋਟੀ ਤਾਂ ਜੀ 5-7-10 ਹਜ਼ਾਰ ਦੀ ਰੋਟੀ ਟੌਪ ਦੀ ਖਵਾਈ ਜਾਂਦੀ ਆ ਇਹ ਇੱਕ ਆਪਣਾ ਕਹਿਣ ਵੀ ਹੁੰਦਾ ਇਹ ਬਾਜ਼ੀ ਦੇ ਕੰਮ ਜਿਹੜਾ ਕਹਿ ਦਈਏ 10 ਹਜ਼ਾਰ ਦੀ ਪੂਰੀ ਵਧੀਆ ਰੋਟੀ ਖਵਾਈ ਜਾਂਦੀ ਆ ਜਿਹਨੇ ਬੰਦੇ ਬਾਜ਼ੀਆਂ ਕਰਾਉਣੀਆਂ ਚਾਹੁੰਦੇ ਆ ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ ਹੁਣ ਲਾਸਟ ਦੇ ਵਿੱਚ ਅਤੇ ਮਤਲਬ ਜਿੰਨੇ ਵੀ ਹੈਗੇ ਭਰਾ ਜਿਹਨੇ ਬਾਜ਼ੀਆਂ ਕਰਾਉਣੀਆਂ ਕੋਈ ਰੋਟੀ ਦਾ ਪੈਸਾ ਨਾ ਕੱਟੋ ਵਧੀਆ ਬਾਜ਼ੀ ਕਰਾਓ ਹੈ ਨਾ ਚਾਹੇ ਕੋਈ ਖੁੱਲ੍ਹੀ ਕਰਾਉਂਦਾ ਜਿਹੜੀ ਐਂਟਰੀ ਕਲੱਬ ਵਾਲੀ ਬਾਜ਼ੀ ਆ ਉਹ ਤਾਂ ਜੀ ਵਧੀਆ ਵਧੀਆ ਹੁੰਦੀਆਂ ਸਾਰੀਆਂ ਹਾਂਜੀ ਅਤੇ ਇੱਦਾਂ ਕਰਕੇ ਜੀ ਇਹੀ ਆ ਵੀ ਬਸ ਇਹਨੂੰ ਖਰਾਬ ਨਾ ਕਰੋ ਸ਼ੌਂਕ ਨੂੰ ਸ਼ੌਂਕ ਬਹੁਤ ਜ਼ਿਆਦਾ ਵਧੀਆ ਸ਼ੌਂਕ ਆ ਵੀ ਕਲੱਬਾਂ ਵਾਲੀਆਂ ਬਾਜ਼ੀਆਂ ਮੈਂ ਤਾਂ ਕਹਿੰਦਾ ਜ਼ਿਆਦਾਤਰ ਛੱਡੋ ਭਾਵੇਂ 5 ਘੱਟ ਛੱਡ ਲਓ ਯਾਰ ਛੱਡੋ ਬਾਜ਼ੀਆਂ ਕਲੱਬਾਂ ਵਾਲੀਆਂ ਕਿਉਂਕਿ ਰੌਲਾ ਨਹੀਂ ਪੈਂਦਾ ਜਿੱਤ ਹਰ ਤਾਪ ਜਿਹੜਾ ਉੱਡੂ ਜੀ ਉਹਨੇ ਜਿੱਤਣੀ ਆ ਮੈਂ ਕਹਦੀ ਜਿੱਤਣ ਤਾਂ ਸਾਰੇ ਹੀ ਜਾਂਦੇ ਆ ਹਾਂਜੀ ਹਾਂਜੀ ਠੀਕ ਆ ਜੀ ਉਹ ਤਾਂ ਹੁਣ ਜਿਹੜੇ ਕਿਸਮਤ 'ਚ ਆ ਉਹਨੂੰ ਹੀ ਮਿਲਣਾ ਜੀ ਬਿਲਕੁਲ ਜੀ ਅਤੇ ਆਪਣੇ ਦਰਸ਼ਕਾਂ ਨੂੰ ਦੱਸੋ ਵੀ ਤੁਸੀਂ ਜਿਹੜੇ ਕਬੂਤਰ ਆ ਵੀ ਜਿਹੜੇ ਹੋਰ ਕਬੂਤਰਬਾਜ਼ ਆ ਆਸ ਪਾਸ ਦੇ ਪਿੰਡਾਂ ਦੇ ਆ ਉਹਨਾਂ ਦੇ ਨਾਲ ਤੁਹਾਡਾ ਲੈਣ ਦੇਣ ਚੱਲਦਾ ਕੁਛ ਕਬੂਤਰਾਂ ਦਾ ਹਾਂਜੀ ਹਾਂ ਆਪਾਂ ਇੱਦਾਂ ਇਹ ਜੀ ਜਿਹੜੇ ਆਪਣੇ ਫਰੈਂਡ ਸਰਕਲ ਦੇ ਬੰਦੇ ਯਾਰ ਮਿੱਤਰ ਕਹਿ ਦਈਏ ਉਹਨਾਂ ਤੋਂ ਆਪਾਂ ਜੀ ਕਬੂਤਰ ਲੈ ਵੀ ਇਹਦੇ ਅਤੇ ਉਹਨਾਂ ਨੂੰ ਦੇ ਵੀ ਦਿੰਦੇ ਆ ਠੀਕ ਆ ਜੀ ਹਾਂ ਇੱਦਾਂ ਇਹ ਚੱਲੀ ਜਾਂਦਾ ਜੀ ਕੰਮ ਅਤੇ ਉਹਦੇ ਫਿਰ ਵੀਰ ਜਿਵੇਂ ਪੈਸੇ ਵਗੈਰਾ ਵੀ ਲੈਂਦੇ ਹੋ ਜਾਂ ਆਪਣੇ ਯਾਰੀ ਦੋਸਤ ਦੇ ਤੌਰ 'ਤੇ ਨਹੀਂ ਜੀ ਨਹੀਂ ਡੀ ਪੀ ਸਾਹਿਬ ਆਪਾਂ ਤਾਂ ਅੱਜ ਤੱਕ ਜੀ ਨਾ ਤਾਂ ਕਬੂਤਰ ਮੁੱਲ ਲਿਆ ਅਤੇ ਨਾ ਹੀ ਆਪਾਂ ਵੇਚਿਆ
ਉਹਦੇ ਹੁਣ ਵਿੱਚ ਆਪਦੇ ਕਬੂਤਰਾਂ ਦੇ ਬਰੀਡ ਪਾਈ ਆ ਗਾਂ, ਯਾਨੀ ਕਿ ਨਸਲ ਮਿਕਸ ਕਰਨੀ ਪੈਂਦੀ ਆ ਇਹ ਥੋੜ੍ਹੇ ਟਾਈਮ ਬਾਅਦ। ਠੀਕ ਉਹ ਯਾਨੀ ਕਿ ਆਪਣਾ ਮੇਰਾ ਹੋਰ ਕਿਸੇ ਨਾਲ ਬੜਾ ਸਰਕਲ ਨਹੀਂ ਹੈਗਾ, ਅਤੇ ਯਾਨੀ ਕਿ ਕਹਿ ਦਈਏ ਵੀ ਆਪਾਂ ਗਿੰਦੀ ਤੋਂ ਹੀ ਮੈਂ ਲੈ ਕੇ ਆਉਣਾ ਉਹਨਾਂ ਕਬੂਤਰ, ਅਤੇ ਉਹਨੂੰ ਮੋੜ ਵੀ ਆਈਦੀ ਜੀ। ਅੱਜ ਕੱਲ੍ਹ ਜਿਵੇਂ ਕਬੂਤਰਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ, ਉਹਨਾਂ ਦਾ ਮਾੜਾ ਜਿਹਾ ਦੱਸੋ ਬਿਮਾਰੀਆਂ ਕਿਹੜੀਆਂ ਕਿਹੜੀਆਂ ਲੱਗ ਜਾਂਦੀਆਂ, ਵੀ ਕਿਹਨਾਂ ਤੋਂ ਬੰਦਿਆਂ ਨੂੰ ਧਿਆਨ ਰੱਖਣਾ ਚਾਹੀਦਾ ਜਿਹੜੇ ਆਪਣੇ ਨਵੇਂ ਕਬੂਤਰਬਾਜ਼ ਆਪਣੇ ਜੂਤ ਆ ਜਿਹੜਾ ਨਵਾਂ ਰੱਖਣਾ ਚਾਹੁੰਦੇ ਆ ਕਬੂਤਰ, ਅਤੇ ਉਹਦੀ ਦਵਾਈ ਕਿਹੜੀ ਕਿਹੜੀ ਆਪਾਂ ਉਹਨੂੰ ਦੇ ਸਕਦੇ ਹਾਂ? ਇਹ ਡੀਪੀ ਸਾਹਿਬ ਗੱਲ ਹੈਗੀ ਜੀ, ਇੱਦਾਂ ਹੁਣ ਕਬੂਤਰਾਂ ਦੀਆਂ ਬਿਮਾਰੀਆਂ 'ਤੇ ਜੀ ਪਹਿਲਾਂ ਸਮੇਂ ਦੇ ਵਿੱਚ ਕੋਈ ਬਿਮਾਰੀ ਨਹੀਂ ਪੈਂਦੀ ਸੀ, ਹੁਣ ਜੀ ਆਪਣਾ ਮੌਸਮ ਲਾ ਲਓ ਜਿੱਦਾਂ ਹੈ ਨਾ ਚੇਂਜ ਹੋ ਗਿਆ, ਜਿਵੇਂ ਹੁਣ ਸਾਰੇ ਇਨਵਾਇਰਮੈਂਟ ਹੀ ਚੇਂਜ ਹੋ ਗਿਆ ਜੀ, ਜਾਨਵਰਾਂ ਨੂੰ ਬਹੁਤ ਜ਼ਿਆਦਾ ਬਿਮਾਰੀਆਂ ਪੈ ਰਹੀਆਂ। ਬਿਲਕੁਲ ਜੀ, ਕੋਈ ਵੀ ਜਾਨਵਰ ਲਾ ਲਓ, ਇਕੱਲੇ ਕਬੂਤਰ ਨਹੀਂ, ਸਾਰਿਆਂ ਨੂੰ ਇਹ ਪ੍ਰੋਬਲਮ ਆ ਰਹੀ ਹੈ। ਹੁਣ ਜਿਵੇਂ ਕਬੂਤਰਾਂ ਦੇ ਵਿੱਚ ਕਹਿ ਲਈਏ ਵੀ ਇੱਕ ਤਾਂ ਘੁੰਮਣ ਵਾਲੀ ਬਿਮਾਰੀ ਪੈ ਰਹੀ ਆ, ਇਹ ਕਿਸੇ ਦੀਆਂ ਅੱਖਾਂ ਆ ਗਈਆਂ, ਹੁਣ ਰੁੱਤ ਚੱਲਦੀ ਜੀ ਕਿਸੇ ਦੀਆਂ ਅੱਖਾਂ ਆ ਗਈਆਂ, ਹੈ ਨਾ, ਕਿਸੇ ਦਾ ਗਲ ਪੱਕ ਗਿਆ, ਇੱਦਾਂ ਹੋਏ ਦਵਾਈਆਂ ਜੀ ਆਪਣੇ ਕੋਲ, ਮਤਲਬ ਸਾਰਾ ਟ੍ਰੀਟਮੈਂਟ ਹੈਗਾ ਮਹਾਰਾਜ ਦੀ ਕਿਰਪਾ ਨਾਲ, ਚਲੋ ਉੱਦਾਂ ਹੀ ਕਰ ਲਈਦਾ। ਜਿਹੜੀ ਸੁੱਕਣ ਸੁੱਕਣ ਦੀਆਂ ਗੋਲੀਆਂ ਜੀ, ਉਹ ਸੋਕਾ ਕਹਿ ਦਿੰਦੇ ਆਪਾਂ ਇੱਕ ਤਰ੍ਹਾਂ ਦਾ, ਉਹਦੇ ਤੋਂ ਜੀ ਗੋਲੀਆਂ ਆਉਂਦੀਆਂ ਇੱਕ, ਉਹ ਤੁਹਾਨੂੰ ਮੈਂ ਦੱਸ ਦਿੰਦਾ, ਅਤੇ ਉਹ ਜਾਣੀ ਕਿ ਬਹੁਤ ਵਧੀਆ ਰਿਜ਼ਲਟ ਆ ਉਹਦਾ, ਕਬੂਤਰ ਵਧੀਆ ਬਚ ਜਾਂਦਾ ਉਹਦੇ ਨਾਲ। ਬਾਕੀ ਤਾਂ ਜੀ ਤੁਹਾਨੂੰ ਮੈਂ ਦੱਸਦਾ, ਇਹ ਜਿਹੜੀ ਮੈਂ ਤਾਂ ਜੀ 5 ਸਾਲ ਹੋ ਗਏ ਮੈਂ ਚੈਨਲ ਦੇ ਥਰੂ, ਤੁਹਾਨੂੰ ਇਹ ਵੀ ਗੱਲ ਦੱਸਣਾ ਚਾਹੁੰਦਾ ਤੁਹਾਡੇ ਦੇ, ਜੇ ਮੈਨੂੰ ਜਾਣੀ ਕਿ 5 ਸਾਲ ਪਹਿਲਾਂ ਆਪਣੇ ਕਬੂਤਰ ਇੰਨੇ ਜ਼ਿਆਦਾ ਬਿਮਾਰ ਹੋ ਗਏ ਜੀ, ਟੋਟਲੀ ਕਬੂਤਰ ਬਿਮਾਰ ਹੋ ਗਏ ਜੀ, ਅਤੇ ਡਾਕਟਰ ਰਾਜਵੀਰ ਗਰੇ ਵਾਲਾ ਲੁਧਿਆਣੇ ਤੋਂ, ਮੈਂ ਜੀ ਉਹਨਾਂ ਤੋਂ ਦਵਾਈ ਲਈ ਆ। ਅੱਛਾ ਜੀ ਜੀ, ਠੀਕ ਹੈ, ਉਹਨਾਂ ਦੀ ਦਵਾਈ ਮੈਂ 5 ਸਾਲ ਹੋ ਗਏ ਵਰਤਦੇ ਨੂੰ ਜੀ, ਮਤਲਬ ਹੀ ਨਹੀਂ ਜੀਗਾ ਜੀ ਕਬੂਤਰ ਦੁਬਾਰੇ ਬਿਮਾਰ ਹੋਇਆ ਹੋਵੇ ਕੋਈ, ਆਪਣੇ ਕੋਲ ਉਹੀ ਦਵਾਈਆਂ ਪਈਆਂ, ਮੈਂ ਤਾਂ ਉਹੀ ਵਰਤਦਾ ਜੀ, ਮਹਿੰਗੀ ਸਸਤੀ ਦਾ ਮੈਨੂੰ ਕੋਈ ਪ੍ਰਭਾਵ ਨਹੀਂ, ਕਿਉਂਕਿ ਜੀ ਆਪਣਾ ਸ਼ੌਂਕ ਆ, ਮੈਨੂੰ ਤਾਂ ਐਂ ਵੀ ਇਹ ਠੀਕ ਹੋਣੇ ਚਾਹੀਦੇ, ਜਾਨਵਰ ਤੰਦਰੁਸਤ ਹੋਣੇ ਚਾਹੀਦੇ। ਹਾਂਜੀ ਹਾਂਜੀ, ਠੀਕ ਆ ਜੀ, ਉਹ ਉਹਨਾਂ ਦੀ ਦਵਾਈ ਦਾ ਜਿਹੜਾ ਵਧੀਆ ਰਿਜ਼ਲਟ ਮਿਲਿਆ ਮੈਨੂੰ, ਮੇਰੇ ਜੀ 5 ਸਾਲ ਹੋ ਗਏ ਵਧੀਆ ਕਬੂਤਰ ਤੰਦਰੁਸਤ ਆ ਜੀ, ਘੋੜੇ ਵਰਗੇ ਪਏ ਐਵੇਂ ਕਹਿ ਦੀ, ਹੈ ਨਾ, ਕੋਈ ਵੀ ਇੱਦਾਂ ਦਾ ਕੋਈ ਦਿੱਕਤ ਨਹੀਂ ਆਈ, ਨਾ ਕੋਈ ਅੱਖਾਂ ਆਈਆਂ, ਅਤੇ ਨਾ ਕੋਈ ਹੋਰ ਬਿਮਾਰੀ, ਕੋਈ ਨਹੀਂ, ਯਾਨੀ ਕਿ ਉਹਨਾਂ ਦੀ ਦਵਾਈ ਬੈਸਟ ਮੰਨਦਾ ਮੈਂ, ਯਾਨੀ ਕਿ ਹੋਰ ਮੈਂ ਬਹੁਤ ਦਵਾਈਆਂ ਵਰਤ ਕੇ ਦੇਖ ਲਈਆਂ, ਪਰ ਜਿਹੜਾ ਮੈਨੂੰ ਹੋਰ ਦਵਾਈ ਨੇ ਰਿਜ਼ਲਟ ਦਿੱਤਾ ਡਾਕਟਰ ਰਾਜਵੀਰ ਲੁਧਿਆਣਾ ਦੀ ਦਵਾਈ ਨੇ, ਠੀਕ ਰਿਜ਼ਲਟ, ਬਹੁਤ ਵਧੀਆ ਦਵਾਈ ਹੈ ਜੀ ਉਹਨਾਂ ਦੀ। ਠੀਕ ਹੈ ਜੀ, ਹਾਂਜੀ ਵੀਰ, ਜਿਹੜੇ ਤੁਸੀਂ ਡਾਕਟਰ ਸਾਹਿਬ ਦੀ ਗੱਲ ਕਰ ਰਹੇ ਹੋ, ਇਹ ਜਿਹੜੇ ਡਾਕਟਰ ਸਾਹਿਬ ਹੈ ਸਪੈਸ਼ਲ ਕਬੂਤਰਾਂ ਦੇ ਹੀ ਡਾਕਟਰ ਆ? ਹਾਂਜੀ ਹਾਂਜੀ, ਇਹ ਡਾਕਟਰ ਰਾਜਵੀਰ ਜਿਹੜੇ ਸਪੈਸ਼ਲਿਸਟ ਕਬੂਤਰਾਂ ਦੇ ਆ ਜੀ। ਹਾਂਜੀ, ਇਹ ਇਕੱਲੇ ਕਬੂਤਰਾਂ ਦੇ ਮਾਹਿਰ ਡਾਕਟਰ ਆ, ਵਧੀਆ ਦਵਾਈ ਹੈ ਜੀ ਇਹਨਾਂ ਦੀ, ਅਤੇ ਮੈਂ ਤਾਂ ਇਹ ਕਹਿੰਦਾ ਵੀ ਜੇ ਕਿਸੇ ਭਰਾ ਨੂੰ ਕੋਈ ਪ੍ਰੋਬਲਮ ਆ ਜੀ, ਉਹਨਾਂ ਨਾਲ ਡਾਇਰੈਕਟ ਕਰੋ, ਮਤਲਬ ਸੰਪਰਕ, ਉਹਨਾਂ ਦਾ ਨੰਬਰ ਆਪਣੇ ਵੀਰਾਂ ਨੂੰ ਉਹਨਾਂ ਦਾ ਨੰਬਰ ਦੇ ਸਕਦੇ ਹੋ ਤੁਸੀਂ? ਨੰਬਰ ਸ਼ੇਅਰ, ਹਾਂਜੀ ਹਾਂਜੀ, ਨੰਬਰ ਮੈਂ ਤੁਹਾਨੂੰ ਦੱਸਦਾ ਜੀ ਉਹਨਾਂ ਦਾ, ਜੇ ਕਿਸੇ ਨੂੰ ਵੀ ਕਬੂਤਰ ਵਾਜ ਭਰਾ ਨੂੰ ਕੋਈ ਪ੍ਰੋਬਲਮ ਆਉਂਦੀ, ਉਹਨਾਂ ਨੂੰ ਪੁੱਛੋ, ਉਹਦੀ ਦਵਾਈ ਜੀ ਵਧੀਆ ਰਿਜ਼ਲਟ ਦਿੰਦੀ ਹੈ, ਮੇਰੇ ਲਈ ਤਾਂ ਜੀ ਐਵੇਂ ਕਹਿ ਦਈਏ 100% ਹੀ ਆਪਾਂ ਕਹਿ ਸਕਦੇ ਹਾਂ ਪੂਰਾ, ਯਾਨੀ ਕਿ ਜੀ 5 ਸਾਲ ਹੋ ਗਏ ਇੱਕ ਵੀ ਕਬੂਤਰ ਨਹੀਂ ਬਿਮਾਰ ਹੋਇਆ, ਤੁਹਾਡਾ ਯਕੀਨ ਵਧੀਆ ਬਣਿਆ ਹੋਇਆ? ਹਾਂਜੀ ਹਾਂਜੀ ਪੂਰਾ ਜੀ, ਕਿਉਂਕਿ ਆਪਾਂ ਨੂੰ ਦਵਾਈ ਵਧੀਆ ਜੀ, ਆਪਣੇ ਕਬੂਤਰ ਤੰਦਰੁਸਤ ਜੀ, ਆਪਾਂ ਨੂੰ ਹੋਰ ਕੀ ਚਾਹੀਦਾ? ਬਿਲਕੁਲ ਜੀ, ਆਹ ਉਹਨਾਂ ਦਾ ਨੰਬਰ ਹੈ ਜੀ, ਮੈਂ ਤੁਹਾਨੂੰ ਦੱਸ ਦਿੰਦਾ। ਹਾਂਜੀ, ਅਤੇ ਡਾਕਟਰ ਰਾਜਵੀਰ ਦਾ ਨੰਬਰ ਨੋਟ ਕਰ ਲਓ ਮੇਰਾ ਭਰਾ ਜੀ, ਕਿਸੇ ਨੂੰ ਲੋੜ ਆ ਜੀ, 9946-9900, 9946-9900 ਇਹਨਾਂ ਦਾ ਨੰਬਰ ਆ, ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਣ ਲੱਗਦੀ ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਦਾ ਕਰ ਸਕਦੇ। ਦੋਸਤੋ, ਡਾਕਟਰ ਰਾਜਵੀਰ ਦਾ ਨੰਬਰ ਆ ਲੁਧਿਆਣੇ ਵਾਲੇ ਵੀਰ ਦਾ, 9946-9900, ਠੀਕ ਆ, ਤੁਸੀਂ ਨੋਟ ਕਰ ਲਓ। ਕੋਈ ਵੀ ਤੁਹਾਡੇ ਕਬੂਤਰ ਨੂੰ ਕੋਈ ਬਿਮਾਰੀ ਆ, ਕੋਈ ਪ੍ਰੋਬਲਮ ਆ, ਹੈ ਨਾ, ਤੁਹਾਡਾ ਕਬੂਤਰ ਗਰੋਥ ਨਹੀਂ ਕਰਦਾ ਜੋ ਵੀ ਆ, ਤਾਂ ਆਪਣੀ ਪ੍ਰੋਬਲਮ ਦੱਸ ਕੇ ਵੀਰ ਤੋਂ ਤੁਸੀਂ ਦਵਾਈ ਲਓ। ਹਾਂਜੀ ਹਾਂਜੀ, ਠੀਕ ਆ ਜੀ। ਆਪਣੇ ਇੱਕ ਵੀਰਾਂ ਨੂੰ ਇਹ ਦੱਸੋ ਵੀ ਆਪਣੇ ਜਗਰਾਓਂ ਏਰੀਏ ਦੇ ਕਿਹੜੇ ਕਿਹੜੇ ਕਬੂਤਰਬਾਜ, ਨਾਮੀ ਕਬੂਤਰਬਾਜ ਕਿਹੜੇ ਕਿਹੜੇ ਆ ਪੈਦਾ ਹੋਏ ਆ, ਉਹਨਾਂ ਦੇ ਬਾਰੇ ਦੱਸੋ ਮਾੜਾ ਜੀ। ਜੀ ਆਪਣੇ ਸਾਡੇ ਜਗਰਾਓਂ ਏਰੀਏ ਦੇ ਸਾਰੇ ਕਬੂਤਰਬਾਜ ਜਿੰਨੇ ਗਏ ਸਾਰੇ ਵਧੀਆ ਜੀ, ਸਾਰਿਆਂ ਨੇ ਆਪਣਾ ਤਿਉਹ ਪ੍ਰੇਮ ਆ, ਠੀਕ ਆ ਜੀ। ਜਿਵੇਂ ਕਹਿ ਦਈਏ ਆਪਾਂ ਜੀ, ਇੱਥੇ ਆਪਣੇ ਅਕਵਾਲ ਲੀਲਾਂ ਬਾਈ ਤਾਰੀ ਲੀਲਾਂ, ਠੀਕ ਆ ਜੀ, ਉਹਨਾਂ ਦੀ ਜੀ ਬ੍ਰਦਰ ਲਾ ਲਓ ਜੀ, ਕਿੱਦਾਂ ਹੈ ਨਾ ਫੈਮਿਲੀ ਰਿਲੇਸ਼ਨ, ਯਾਨੀ ਕਿ ਗਿੰਦੀ ਬ੍ਰਦਰ ਆਪਣਾ ਭਰਾ, ਅਤੇ ਉਹਨਾਂ ਦੇ ਯਾਨੀ ਕਿ ਨਾਂ ਵਧੀਆ, ਅਤੇ ਆਪਣੇ ਹੋਰ ਸਾਰੇ ਜਗਰਾਓਂ ਏਰੀਏ ਦੇ ਜਿੰਨੇ ਵੀ ਪਲੇਅਰ ਆ ਸਾਰੇ ਜੀ ਰਿਸਪੈਕਟਫੁੱਲ ਆ, ਠੀਕ ਆ ਜੀ। ਯਾਨੀ ਕਿ ਜਿਵੇਂ ਗੁਲਜ਼ਾਰ ਸਿੱਧਮਾ ਲਾ ਲਓ, ਜੀਤ ਦੁਬਈ ਲਾ ਲਓ, ਹੈ ਨਾ, ਜਿੱਦਾਂ ਵਧੀਆ ਪਲੇਅਰ ਆ ਸਾਰੇ, ਅਤੇ ਯੂਪੇ ਹੁਣੀ ਜਗਰਾਵਾਂ ਵਾਲੇ ਜਿੰਨੇ ਬੰਦੇ ਸਾਰੇ ਜਗਰਾਵਾਂ ਦੇ ਪਲੇਅਰ ਵੀ ਬਹੁਤ ਵਧੀਆ ਜੀ, ਜਗਰਾਓਂ ਦੇ ਵਿੱਚ ਬਹੁਤ ਵਧੀਆ ਖਿਡਾਰੀ ਹੋਏ ਆ, ਠੀਕ ਹੈ ਜੀ। ਨਹੀਂ ਜੀ, ਸ਼ਹਿਰ ਦੇ ਵਿੱਚੋਂ ਬਾਜੀਆਂ ਜਿੱਤੇ ਆ ਜਿਹੜੇ, ਯਾਨੀ ਕਿ ਜਿੰਨੇ ਵੀ ਹੈਗੇ ਵਧੀਆ ਪਲੇਅਰ ਹੀ ਹੈ ਜਗਰਾਵਾਂ ਦੇ। ਅਤੇ ਬਾਕੀ ਤੁਹਾਨੂੰ ਦੱਸਤਾ ਵੀ ਆਹ ਇੱਕ ਰਾਂਝਾ ਬਰਸਾਲ ਹੋ ਗਿਆ, ਹੈ ਨਾ, ਸਾਰੇ ਬੰਦੇ ਵਧੀਆ ਹੋਊਗੇ, ਇਹ ਸਾਡਾ ਗਰੁੱਪ ਚੱਲਦਾ ਜੀ ਇੱਕ, ਉਹਦੇ ਸਾਡੇ ਰਾਂਝਾ ਵੀ ਰਾਈਡਮੈਨ, ਵਧੀਆ ਗੱਲਬਾਤ ਆ, ਹੈ ਨਾ, ਜਿੱਦਾਂ ਵੀ ਆ ਵਧੀਆ, ਸਾਡਾ 2013 ਦਾ ਗਰੁੱਪ ਚੱਲਦਾ ਜੀ, ਬਹੁਤ ਸਾਡਾ ਮੈਂ ਮਤਲਬ ਵਧੀਆ ਸਾਡੇ ਏਰੀਏ ਦੇ ਯਾਨੀ ਕਿ ਇਹੀ ਪਲੇਅਰ ਸਾਨੂੰ ਵੀ ਵਧੀਆ ਪਲੇਅਰ ਹੈ, ਯਾਨੀ ਕਿ ਨਾਮੀ ਪਲੇਅਰ ਕਹਿ ਦਈਏ ਆਪਾਂ ਉਹਨਾਂ ਨੂੰ, ਠੀਕ ਹੈ ਜੀ। ਇੱਕ ਟੀ2 ਕੋਟਮਾਨ ਬਾਈ, ਹੈ ਨਾ, ਇਹ ਸਾਰੇ ਪਲੇਅਰ ਵਧੀਆ ਜੀ, ਇਹ ਆਪਾਂ ਸਾਰੇ ਰਿਸਪੈਕਟ ਕਰਦੇ ਹਾਂ, ਹੈ ਨਾ, ਜਿਨ੍ਹਾਂ ਦਾ ਨਹੀਂ ਨਾਂ ਲਿਆ ਗਿਆ ਉਹਨਾਂ ਦੀ ਵੀ ਆਪਾਂ ਰਿਸਪੈਕਟ ਕਰਦੇ ਹਾਂ, ਬਾਕੀ ਜਿੱਦਾਂ ਵੀ ਹੈਗਾ ਸਾਰਿਆਂ ਨੇ ਆਪਣਾ।
ਜੀ ਜੂਸ ਨੂੰ ਤਾਂ ਮੈਸੇਜ ਇਹੀ ਆ ਮੇਰਾ ਭਰਾ ਜਿੱਦਾਂ ਵੀ ਹੁਣ ਜਿਵੇਂ ਨਵੇਂ ਜਨਰੇਸ਼ਨ ਕਬੂਤਰਬਾਜ਼ੀ ਕਰਦੀ ਹੈ ਨਾ ਇਹਨਾਂ ਨੂੰ ਐਂ ਹੁੰਦਾ ਵੀ ਅਸੀਂ ਅੱਜ ਸਟਾਰ ਬਣ ਜਾਈਏ ਟਾਈਮ ਲੱਗਦਾ ਮਿੱਤਰੋ ਕੋਈ ਵੀ ਗੇਮ ਸਿੱਖਣ ਨੂੰ ਹੈ ਨਾ ਹਰ ਕੇ ਵੀ ਜਿੱਤਣ ਨੂੰ ਹੀ ਮਿਲਦਾ ਹੀ ਕੁਛ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਹਰ ਕੇ ਵੀ ਜਿੱਤਣ ਨੂੰ ਮਿਲਦਾ ਕੁਛ ਕਿਉਂਕਿ ਗਲਤੀ ਕਰਕੇ ਬੰਦਾ ਸਿੱਖਦਾ ਬਿਲਕੁਲ ਵੀ ਇੱਦਾਂ ਹੁੰਦਾ ਜੀ ਹੁਣ ਜਿਵੇਂ ਆਪਣੀ ਨਵੀਂ ਜਨਰੇਸ਼ਨ ਆ ਇਹਨਾਂ ਨੂੰ ਐਂ ਹੁੰਦਾ ਵੀ ਇੱਦਾਂ ਨਾ ਵੀ ਆ ਬਾਜੀ ਛੱਡ ਲਓ ਉੱਥੇ ਰੌਲਾ ਰੱਪਾ ਇਹ ਅੱਗੇ ਵਾਲਾ ਕੰਮ ਹੈ ਨਹੀਂ ਜਿਹੜੀ ਹੁਣ ਨਵੇਂ ਮੁੰਡੇ ਜਿੰਨੇ ਵੀ ਬਾਜੀਆਂ ਛੱਡਦੇ ਸਾਰੇ ਰੌਲਾ ਹੀ ਪਾਉਂਦੇ ਆ ਮੈਂ ਐਵੇਂ ਕਹਿੰਦਾ ਵਿੱਚ ਵਧੀਆ ਬੰਦੇ ਵੀ ਹੈਗੇ ਜਿਹੜੇ ਹੈਗੇ ਪਰ ਨਹੀਂ ਜ਼ਿਆਦਾਤਰ ਖੁੱਲੀਆਂ ਬਾਜੀਆਂ 'ਤੇ ਰੌਲਾ ਹੀ ਪੈਂਦਾ ਮੈਂ ਉਹਨਾਂ ਨੂੰ ਇਹੀ ਦਿੰਦਾ ਸਲਾਹ ਵੀ ਮਿੱਤਰੋ ਰੌਲਾ ਨਾ ਪਾਓ ਹੈ ਨਾ ਜੇ ਵਧੀਆ ਬਾਜੀਆਂ ਛੱਡੋ ਕਲੱਬਾਂ ਵਾਲੀਆਂ ਬਾਜੀਆਂ ਛੱਡੋ ਜੀ ਮੈਂ ਤਾਂ ਇਹ ਕਹਿੰਦਾ ਵੀ ਖੁੱਲੀ ਬਾਜੀਆਂ ਛੱਡੋ ਜਿੱਥੇ ਰੌਲਾ ਨਹੀਂ ਪੈਂਦਾ ਕਲੱਬਾਂ ਵਾਲੀਆਂ ਬਾਜੀਆਂ ਵਧੀਆ ਬਾਜੀਆਂ ਇਹੀ ਮੈਸੇਜ ਆ ਵੀ ਇਹਨੂੰ ਸ਼ੌਂਕ ਨੂੰ ਸ਼ੌਂਕ ਰੱਖੋ ਬਿਜ਼ਨਸ ਨਾ ਬਣਾਓ ਵੀ ਇਹ ਤਾਂ ਚਲੋ ਇੱਕ ਟਾਈਮ ਪਾਸ ਸ਼ੌਂਕ ਆ ਜੀ ਆਪਣਾ ਇਹ ਕੋਈ ਆਪਣਾ ਬਿਜ਼ਨਸ ਨਹੀਂ ਹੈਗਾ ਇਹਦਾ ਇੱਕ ਸ਼ੌਂਕ ਆ ਜੀ ਆਪਾਂ ਇਹਨੂੰ ਛੱਡ ਵੀ ਨਹੀਂ ਸਕਦੇ ਅਤੇ ਨਾ ਹੀ ਛੱਡਿਆ ਜਾਣਾ ਜੀ ਠੀਕ ਆ ਜੀ ਇਹ ਸ਼ੌਂਕ ਨੂੰ ਸ਼ੌਂਕ ਰੱਖੋ ਬਿਜ਼ਨਸ ਬਣਾਓ ਇਹੀ ਲਾਸਟ 'ਤੇ ਬੇਨਤੀ ਹੈ ਯੂਥ ਨੂੰ ਵੀ ਵਧੀਆ ਕਲੱਬਾਂ 'ਚ ਵਿੱਚ ਬਾਜ਼ੀਆਂ ਕਰਾਓ ਹੈ ਨਾ ਜੇ ਕਲੱਬਾਂ ਵਾਲੀਆਂ ਵਿੱਚ ਜਿਹੜੇ ਖੁੱਲੀਆਂ ਬਾਜ਼ੀਆਂ ਕਰਾਉਂਦੇ ਭਰਾ ਉਹਨਾਂ ਨੂੰ ਮੇਰੀ ਬੇਨਤੀ ਹੈ ਵਧੀਆ ਟੌਪ ਦੀਆਂ ਬਾਜ਼ੀਆਂ ਕਰਾਓ ਕੋਈ ਇਹੋ ਜਿਹੀ ਮਤਲਬ ਗੱਲਬਾਤ ਨਾ ਹੋਵੇ ਜਿਹਦੇ ਨਾਲ ਕੱਲ੍ਹ ਨੂੰ ਕਬੂਤਰਬਾਜ਼ੀ ਬਦਨਾਮ ਹੋਵੇ ਇਸ ਵਕਤ NRI ਵੀਰਾਂ ਦੇ ਸਹਿਯੋਗ ਨਾਲ ਕਬੂਤਰਬਾਜ਼ੀ ਇੰਨੀ ਕੱਪ ਹੋ ਚੁੱਕੀ ਹੈ ਜੀ ਉੱਧਰ ਵੀ ਆਪਣੇ ਕਿ ਉਹਦੇ ਕੋਲ ਬਹੁਤ ਜ਼ਿਆਦਾ ਕਨੇਡਾ ਅਮੈਰੀਕਾ ਦੇ ਵਿੱਚ ਬਾਜ਼ੀਆਂ ਹੋ ਰਹੀਆਂ ਪ੍ਰੋਫੈਸ਼ਨਲ ਕੰਮ ਹੋ ਚੁੱਕਿਆ ਇਹ ਇਹੀ ਕਹਿੰਦਾ ਵੀ ਬਹੁਤ ਉੱਚੀ ਜਾ ਰਹੀ ਹੈ ਇਹਨੂੰ ਮਤਲਬ ਵੀ ਉੱਚਾ ਹੀ ਰੱਖਣਾ ਆਪਾਂ ਬਹੁਤ ਵਧੀਆ ਸ਼ੌਂਕ ਆ ਜੀ ਅਤੇ ਆਪਣਾ ਇੱਕ ਮੈਂ ਤੁਹਾਨੂੰ ਇਹੀ ਕਹਿਣਾ ਵੀ ਦਰਸ਼ਕਾਂ ਨੂੰ ਲਾਸਟ 'ਤੇ ਵੀ ਤੁਹਾਡਾ ਧੰਨਵਾਦ ਆ ਜੀ ਮੇਰੇ ਕੋਲ ਆਉਣ ਦੇ ਲਈ DP ਸਾਹਿਬ ਟਾਈਮ ਕੱਢਿਆ ਤੁਸੀਂ ਹੈ ਨਾ ਜੀ ਤੁਹਾਡਾ ਚੈਨਲ ਆ ਮੈਂ ਕਹਿੰਦਾ ਦਰਸ਼ਕਾਂ ਨੂੰ ਇਹਨੂੰ ਸਬਸਕ੍ਰਾਈਬ ਕਰੋ ਜੀ ਇਹ ਸਾਡੇ DP ਸਾਹਿਬ ਆ ਮੇਰੇ ਕਲੋਜ਼ ਮਿੱਤਰ ਆ ਜੀ ਇਹ ਇਹਨਾਂ ਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਸ਼ੇਅਰ ਕਰੋ ਮਿੱਤਰੋ ਕਮੈਂਟ ਕਰਕੇ ਦੱਸਿਓ ਵੀ ਚੰਗੀ ਲੱਗੀ ਦਾ ਗੱਲਬਾਤ ਕੋਈ ਉਹ ਵੀ ਦੱਸਿਓ ਜੇ ਮਾੜੀ ਲੱਗੀ ਉਹ ਵੀ ਦੱਸਿਓ ਕੋਈ ਚੱਕਰ ਨਹੀਂ ਤੁਹਾਡੀ ਸਾਰ ਗੱਲ ਸਿਰ ਮੱਥਿਆ ਜੀ ਆਪਾਂ ਹਾਂਜੀ ਦੋਸਤੋ ਹੁਣ ਆਪਾਂ ਦੇਖਦੇ ਹਾਂ ਬਾਈ ਕੋਲੇ ਕਿਹੜੀਆਂ ਕਿਹੜੀਆਂ ਨਸਲਾਂ ਨੇ ਕਬੂਤਰ ਦਿਖਾਉਂਦੇ ਹਾਂ ਬਾਈ ਦੇ ਅਤੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰੋ ਚੈਨਲ ਆਪਣਾ ਲਾਈਕ ਕਰੋ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਵੀਡੀਓ।